ਮਾਰੀ ਸਿੱਧਾ ਗਮਸ ਵਗੈਰਾ ਲੈ ਕੇ ਬੈਠੇ ਇਹ ਵੈਸੇ ਜ਼ਿਆਦਾਤਰ ਇਹ ਜਿਹੜੀ ਹੈੱਡਲਾਈਟ ਹੈ ਰੋਲਸ ਰਾਇਸ ਕਾਰ 'ਚ ਆਉਂਦੀ ਹੁੰਦੀ ਹੈੱਡਲਾਈਟ ਰੋਲਸ ਰਾਇਸ ਕਾਰ ਦੇ ਵਿੱਚ ਆਉਂਦੀ ਸੀ ਹਾਂਜੀ ਪਹਿਲੇ ਜ਼ਮਾਨੇ 'ਚ ਇਹਨੂੰ ਲੋਕ ਤਾਂ ਲੱਗਦਾ ਨਹੀਂ ਸੀ ਫਿਰ ਉਹ ਐਕਸੀਲੇਟਰ ਨੂੰ ਲੋਕ ਲੱਗਦਾ ਸੀ ਰੇਸ ਨਹੀਂ ਦਿੱਤੀ ਜਾਂਦੀ ਸੀ ਬਾਈਕ ਨੂੰ ਭਜਾਉਣ ਲਈ ਫਿਰ ਦੋਸਤੋ ਹੁਣ ਆ ਜਾਂਦੇ ਆਪਾਂ ਗੱਲ ਕਰਦੇ ਹਾਂ ਸਮਿਥ ਮੀਟਰ ਦੀ ਜਿਹਦੀ ਅੱਜ ਦੀ ਰੇਟ 'ਚ ਮਤਲਬ ਕਿਆ ਰੇਟ ਚੱਲ ਰਿਹਾ ਇਸਦਾ ਮੀਟਰ ਦਾ ਰੇਟ ਚੱਲ जैसे मिल गया जिसको मिल गया जहाँ से मिल गया वो उठा ले उठा लेगा मतलब जहाँ मिल गया ₹100 तक की इसकी ऑफर आ चुकी है आपके पास ते मैं जे क्योंकि इन बेचना नहीं गा हाँ जी तो मैं इन कहना वीरे मैं तो 15 लाख से देना अच्छा एक तो अब तो मिलवाने जा रहे हैं आज आपको मिलवाने जा रहे हैं पंजाब की शान पग्गो की शान अपने पाजी हाँ जी सारे दोस्तों नु प्यार भरी सत श्रीकाल जी जैसे किंग भाजी के डोले चमक रहे हैं ना वैसे ये बाइक चमक रही है किंग भाजी बताओ कुछ यार ये कहाँ से ढूंढ के आए आप यार हमें देखने का नहीं मिलती भाजी ये मेरे कजन वीरा सी मानप्रीत सिंह अच्छा वो थिएटर रहते ने उन्होंने तो मैं लई थी ये बाइक अच्छा जी जो जिस साल च लई थी जिदा एक कंप्लीट नहीं हुई थी उस टाइम के बट मेरे मन के 2011 तो ड्रीम थी भी इन कदम ना कद जिंदगी की कंप्लीट करा अच्छा ठीक है फिर वीरे मैं क्या वीरे दो अपने कंप्लीट करिए ठीक है ਵੀਰੇ ਤੋਂ ਲੈਣ ਤੋਂ ਬਾਅਦ ਮੈਂ ਦਿਨ ਰਾਤ ਇਹਦੇ ਪਾਰਟਸ ਲੱਭਣ ਤੇ ਲੱਗ ਗਿਆ ਮਤਲਬ ਆਪਣੇ ਪਾਸ ਢੂੰਢਣ ਮੈਂ ਲਗਾ ਦਿਆ ਮਤਲਬ ਲੱਗੇ ਪਿੱਛੇ ਮੇਰੇ ਆਈ ਥਿੰਕ ਮੇਰੇ 2 ਇਅਰਸ ਇਹਦੇ ਵੀ ਪਾਰਟਸ ਹੀ ਲੱਗੇ ਮਤਲਬ 2 ਸਾਲ ਭਾਜੀ ਨੇ ਇਸਕੇ ਪਾਰਟਸ ਢੂੰਢਣੇ ਮੈਂ ਲਗਾ ਦਿਏ ਤੇ ਭਾਜੀ ਹਾਂਜੀ ਅੱਜ ਵੀ ਰੇਟ ਦੇ ਇਹਦੇ ਪਾਰਟਸ ਕੰਪਲੀਟ ਹੋ ਚੁੱਕੇ ਆ ਓਕੇ ਇਹ 90% ਓਰੀਜਨਲ ਹੋ ਚੱਲੀ ਹੈ ਇਹਦੇ ਵਿੱਚ ਜਿਹੜਾ ਪੇਂਟ ਜੋਬ ਹੈ ਕਰੋਮ ਜੋਬ ਹੈ ਟਾਇਰਸ ਨੇ ਉਹ ਇੰਡੀਆ ਦੇ ਨੇ ਬਾਕੀ ਸਾਰਾ ਸਮਾਨ ਓਰੀਜਨਲ ਜੋ ਇਹਦੇ ਨਾਲ ਆਉਂਦਾ ਸੀ ਮੇਡ ਇਨ ਇੰਗਲੈਂਡ ਦਾ ਉਹੀ ਹੈ ਮਤਲਬ ਬਾਕੀ ਸਾਰਾ ਸਮਾਨ ਇਸਕਾ ਮੇਡ ਇਨ ਇੰਗਲੈਂਡ ਕਾ ਹੈ ਮਤਲਬ ਅੱਜ ਦੀ ਤਾਰੀਖ ਮੇਂ ਕਿਉਂਕਿ ਇਹ ਬਾਈਕ ਮਿਲਤੀ ਨਹੀਂ ਤੋ ਇਸਕੀ ਭਾਜੀ ਇੱਕ ਦੋ ਬੰਦੇ ਨੇ ਮੈਨੂੰ 8 ਲੱਖ ਦੀ ਆਫਰ ਕੀਤੀ ਹੈ 8 ਲੱਖ ਰੁਪਏ ਤੱਕ ਕੀ ਇਸਕੀ ਆਫਰ ਆ ਚੁੱਕੀ ਹੈ ਆਪਕੇ ਪਾਸ ਤੇ ਮੈਂ ਜੇ ਕਿਉਂਕਿ ਇਹਨੂੰ ਵੇਚਣਾ ਨਹੀਂਗਾ ਹਾਂਜੀ ਤਾਂ ਮੈਂ ਇਹਨੂੰ ਕਹਿਣਾ ਵੀਰੇ ਮੈਂ ਤਾਂ 15 ਲੱਖ ਦੇ ਦੇਣਾ ਅੱਛਾ ਤੇ ਇੱਕ ਬੰਦਾ ਇਹ ਵੀ ਸੀ ਉਹ ਕਹਿੰਦਾ ਮੈਂ 15 ਵੇਚ ਮੈਂ ਕਿਹਾ ਵੀਰੇ 2 ਲੱਖ ਦਾ ਮਿਲ ਜੂ ਕਿਤੇ ਹੋਰ ਲੱਭ ਲਓ ਓਹੋ ਤੇ ਉਹਨੇ ਮੈਨੂੰ ਕਈ ਮਹੀਨਿਆਂ ਤੋਂ ਬਾਅਦ ਫੇਰ ਫੋਨ ਕੀਤਾ ਲੱਭਿਆ ਨਹੀਂ ਕਿਤੇ ਮੈਂ ਕਿਹਾ ਵੀਰੇ ਪਰਸਨਲ ਚੀਜ਼ ਹੈ ਸ਼ੌਂਕ ਵਾਸਤੇ ਰੱਖੀ ਆ ਮੈਂ ਇਹ ਵੇਚਣੀ ਨਹੀਂ ਜਦੋਂ ਆਇਓ ਘਰੇ ਹਾਂਜੀ ਆਪਾਂ ਆਫਟਰ 20 ਦਿਨਾਂ ਬਾਅਦ 20 ਡੇਜ਼ ਬਾਅਦ ਇਹਨੂੰ ਕਿੱਕ ਮਾਰੀ ਹੈ ਤੇ ਪਹਿਲੀ ਸਟਾਰਟ ਹੋ ਗਈ ਹਾਂ ਮਤਲਬ 20 ਦਿਨ ਦੇ ਬਾਅਦ ਭਾਜੀ ਨੇ ਕਿੱਕ ਮਾਰੀ ਹੈ ਤੇ ਕਿੱਕ ਮਾਰਦੇ ਹੀ ਕਿੱਕ ਮਾਰਦੀ ਹੈ ਸਟਾਰਟ ਹੋ ਗਈ ਮਤਲਬ ਕਿੱਕ ਮਾਰਦੀ ਹੈ ਸਟਾਰਟ ਹੋ ਗਈ ਤਾਂ ਪੰਜਾਬੀ ਔਰ ਹਿੰਦੀ ਦਾ ਟੱਚ ਰਹੇਗਾ ਭਾਈ ਹਮਾਰੀ ਵੀਡੀਓ ਮੇਂ ਟੈਕਨੋਲੋਜੀ ਕੀ ਸੀ ਪਹਿਲਾਂ 올ਡ ਜਿਹੜਾ 올ਡ ਸਕੂਲ ਟਾਈਮ ਸੀ 50s ਦਾ ਦੌਰ ਸੀ ਉਹਦੇ ਟੈਕਨੋਲੋਜੀ ਕੀ ਆਉਂਦੀ ਉਸ ਟਾਈਮ ਦੇ ਉੱਤੇ ਕਿ ਦੋਸਤੋ ਉਸ ਟਾਈਮ ਦੇ ਵਿੱਚ ਇਹ ਕੀ ਹੁੰਦਾ ਸੀ ਅਮਲ ਦਾ ਕਾਰਪੋਰੇਟਰ ਹੈ ਅਸੀਂ ਬਰਮਿੰਗਮ ਦੇ ਉੱਤੇ ਲਿਖਿਆ ਹੋਇਆ ਮੇਡ ਇਨ ਇੰਗਲੈਂਡ ਲਿਖਿਆ ਹੋਇਆ ਠੀਕ ਹੈ ਜੀ ਠੀਕ ਹੈ ਇਹ ਸਾਈਡ ਫਰੂਡ ਵੱਡੀ ਸਲਾਈਡ ਦੇ ਨਾਲ ਆਉਂਦਾ ਸੀ ਪਿਸਟਨ ਵੱਡਾ ਹੁੰਦਾ ਸੀ ਅੱਛਾ ਜੀ ਇਹਨਾਂ ਦੀ ਐਵਰੇਜ ਘੱਟ ਹੁੰਦੀ ਸੀ ਬਟ ਪਿਕਅਪ ਜ਼ਿਆਦਾ ਹੁੰਦੀ ਸੀ ਠੀਕ ਹੈ ਉਸ ਤੋਂ ਬਾਅਦ ਕੀ ਸੀਗਾ ਸਾਡੇ ਜਾਪਾਨੀ ਕਾਰਪੋਰੇਟਰ ਆ ਗਏ ਸੀ ਮਕੋਨੀ ਵਗੈਰਾ ਦੇ ਹਾਂ ਮਕੋਨੀ ਦੇ ਹਾਂਜੀ ਉਹ ਕਾਰਪੋਰੇਟਰ ਆ ਗਏ ਉਹਨਾਂ ਨਾਲ ਐਵਰੇਜ ਵੱਧ ਗਈ ਸੀ ਬਟ ਇਹਦੀ ਜਿਹੜੀ ਬੀਟ ਹੈ ਦੀ ਜਿਹੜਾ ਸਟੋਕ ਹੈ ਉਹ ਖਤਮ ਹੋ ਗਿਆ ਓਕੇ ਤੇ ਆ ਇਹਨੂੰ ਕਹਿੰਦੇ ਆ ਰਿਟਾਇਰ ਐਡਵਾਂਸ ਵਾਲੀ ਕਿੱਲੀ ਠੀਕ ਹੈ ਇਹ ਤੋਂ ਅਸੀਂ ਰਿਟਾਇਰ ਦੇ ਐਡਵਾਂਸ ਕਰਦੇ ਇਧਰੋਂ ਜਦੋਂ ਇਹਨੂੰ ਇਧਰਲੀ ਸਾਈਡ ਇਹਨੂੰ ਆਪਾਂ ਕਰ ਦਾਂਗੇ ਮੈਂ ਟਾਈਟ ਕੀਤਾ ਹੋਇਆ ਵਿੱਚ ਹਾਂ ਕਿਉਂਕਿ ਲੋਕੀ ਛੇੜਖਾਨੀ ਬਹੁਤ ਕਰਦੇ ਆ ਓਕੇ ਇਧਰ ਨੂੰ ਲੈ ਜਾਂਗੇ ਤਾਂ ਇਹ ਰਿਟਾਇਰ ਹੋ ਜਾਊਗਾ ਇਧਰ ਨੂੰ ਲੈ ਜਾਂਗੇ ਐਡਵਾਂਸ ਹੋ ਜਾਊਗਾ ਇਸ ਟਾਈਮ ਮੈਂ ਸੈਂਟਰ ਡੁਗ ਡੁਗ ਵੱਜ ਜੇਗੀ ਤਾਂ ਘਟ ਜੀਗਾ ਤਾਂ ਉੱਚ ਹਾਂਜੀ ਇਧਰ ਨੂੰ ਦੁਗ ਦੁਗ ਬਿਲਕੁਲ ਸਲੋ ਰਨਿੰਗ ਦੁਗ ਡੁਗ ਡੁਗ ਜਿਵੇਂ ਪਹਿਲਾਂ ਰੋਬਦਾਰ ਬਾਈਕ ਚੱਲਦੀ ਸੀ ਡੁਗ ਇਹ ਉਹ ਆਏਗੀ ਓਕੇ ਇਧਰ ਨੂੰ ਲੈ ਜਾਓਗੇ ਤਾਂ ਇਹਦੀ ਜਿਹੜੀ ਬੀਟ ਹੈ ਤੇਜ਼ ਹੋ ਜਾਊਗੀ ਤੇ ਐਡਵਾਂਸ ਹੋ ਜਾਏਗਾ ਤਾਂ ਭੱਜਣ ਨੂੰ ਤਿਆਰ ਹੋ ਜਾਏ ਉਸ ਤੋਂ ਬਾਅਦ ਇਹ ਆ ਜਾਂਦੀ ਹੈ ਚੌਕ ये चौक है ठीक है इसको ऐसे लगाएंगे ये चौक लगी और ये चौक बंद हो गई ठीक है ये होर नहीं रहा ये होर ये डीपर स्विच है ये डीपर स्विच है हाँ जी तो ये वीरे लाइट ऑन हाँ जी चला देते हैं अच्छा एसी भी हाई बीम लॉग में हाँ जी वीरे आ देखो उधर हाई बीम लॉग में हाँ जी डीपर दा हाई बीम लॉग में दा ये लाइट रहा ऑन लाइट ऑन है ठीक है ਇਹ ਹੈੱਡਲਾਈਟ ਵੀਰੇ ਮੇਰੇ ਕੋਲ 4-5 ਤਰ੍ਹਾਂ ਦੇ ਪੇਅਰ ਪਏ ਨੇ ਹੈੱਡਲਾਈਟ ਦੇ ਓਕੇ ਇਹ ਵੈਸੇ ਜ਼ਿਆਦਾਤਰ ਇਹ ਜਿਹੜੀ ਹੈੱਡਲਾਈਟ ਹੈ ਰੋਲਸ ਰਾਇਸ ਕਾਰ 'ਚ ਆਉਂਦੀ ਹੁੰਦੀ ਹੈੱਡਲਾਈਟ ਰੋਲਸ ਰਾਇਸ ਕਾਰ ਦੇ ਵਿੱਚ ਆਉਂਦੀ ਸੀ ਹਾਂਜੀ ਕੀ ਬਾਤ ਹੈ ਭਾਈ ਜੇ ਤੁਸੀਂ ਸਰਚ ਕਰੋ ਮੈਂ ਰੋਲਸ ਰਾਇਸ 50 ਦੇ ਦੌਰ ਦੀ ਇਦਾਂ ਦੀ ਹੈੱਡਲਾਈਟ ਦੋਨੇ ਪਾਸੇ ਲੱਗੀਆਂ ਦਿਖਾਈ ਦੇ ਮਤਲਬ ਇਹ ਲਾਈਟ ਹੈ ਰੋਲਸ ਰਾਇਸ ਇਹ ਮੇਡ ਇਨ ਇੰਗਲੈਂਡ ਲਿਖਿਆ ਹੋਇਆ ਇਸ ਤੇ ਮੇਡ ਇਨ ਇੰਗਲੈਂਡ ਲਿਖਿਆ ਹੋਇਆ ਹਾਂਜੀ ਇਹ ਵੀਰੇ ਡੀਕੰਪਰੈਸ਼ਰ ਹੈ ਪ੍ਰੈਸ਼ਰ ਨੂੰ ਕੱਢਣ ਲਈ ਓਕੇ ਇਦਾਂ ਠੀਕ ਹੈ ਜਿਵੇਂ ਅੱਜਕੱਲ ਪ੍ਰੈਸ਼ਰ ਉੱਪਰੋਂ ਲੱਗਦਾ ਸੀਗਾ ਬੁਲਟ ਦੇ 10 ਤੱਕ ਜਿਹੜੇ ਮਾਡਲਾਂ ਦੇ ਉੱਪਰੋਂ ਪ੍ਰੈਸ਼ਰ ਲਾਤਾ ਸੀਗਾ ਹੈਂਡਲ ਦੇ ਹਾਂਜੀ ਇਹ ਉਹੀ ਚੀਜ਼ ਹੈ ਫਿਰ ਦੋਸਤੋ ਹੁਣ ਆ ਜਾਂਦੇ ਆਪਾਂ ਗੱਲ ਕਰਦੇ ਹਾਂ ਸਮਿਥ ਮੀਟਰ ਦੀ ਜਿਹਦੀ ਅੱਜ ਦੀ ਰੇਟ ਜੇ 25000 30000 20000 ਐਦਾਂ ਜਿੱਥੇ ਉਹ ਮਿਲ ਗਿਆ ਬੰਦੇ ਨੇ ਉੱਥੋਂ ਚੱਕ ਲਿਆ ਮਤਲਬ ਕਿਆ ਰੇਟ ਚੱਲ ਰਿਹਾ ਇਸਦਾ 20 25 30
मीटर का रेट चल रहा है 20,000, 25,000, 30,000 जैसे मिल गया, जिसको मिल गया, जहाँ से मिल गया वो उठा ले, उठा लेगा, मतलब जहाँ मिल गया ले लिया उसने, मतलब अगर 10,000 में तो मैं भी ले लूंगा, मेरे को जितने मर्जी दे दो, अगर किसी को मिलता दे देना भाई, कोई हो अपना जानकार तो। मैं कलेक्शन का शौक रखता हूँ, और भी बाइक्स हैं मेरे पास, और ये एम्पियर मीटर है, ठीक है, आजकल बॉडी डिफरेंट आ रही है, ये फाइबर बॉडी में आता था, ओके ठीक है, ठीक है, ये फाइबर बॉडी चाहता सी, ये तो लाइट ऑन समझी सी, पहले जमाने में लॉक तो लगता नहीं, सिर्फ एक्सीलेटर में लॉक लगता, ये रेस नहीं जीती जाती बाइक में जाने के लिए, ये आर्मी मॉडल है, आर्मी मॉडल के कदम भी लॉक ऑन ऑफ का सिस्टम नहीं थी, ठीक है, आम तौर पर पुराने बाइक से इस दो बाद वाले मॉडल देखेंगे टूल बॉक्स से चाबी लग गई, ऑन ऑफ ये च नहीं लगती, आर्मी मॉडल है, आर्मी वॉर मशीन है, ओके फॉर वॉर, ओके वॉर मशीन का की मतलब होंगे कि मारे भी सीधा गन्स वगैरह लेके बैठे आर्मी वाले, तो लड़ रहे हैं, फाइट कर रहे हैं, गोलियां कर रही हैं। ਜਿਹੜਾ ਚਾਬੀ ਵਾਲਾ ਭਾਅ ਜੀ, ਇਹ ਚਾਬੀ ਦਾ ਥੋੜ੍ਹਾ ਜਿਹਾ ਦੱਸਿਓ ਮੈਨੂੰ, ਕੀ ਤੁਹਾਨੂੰ ਦੱਸਦਾ ਉਸ ਟਾਈਮ ਦੇ ਵਿੱਚ ਕੀ ਹੈ, ਜਿੱਦਾਂ ਮੈਂ ਕਿੱਕ ਮਾਰੀ ਸਟਾਰਟ ਹੋ ਗਿਆ, ਹਾਂਜੀ, ਪਰ ਜੇ ਮੈਂ ਚਾਬੀ ਲੋਕ ਲਾ ਕੇ ਜੇ ਚ ਪਾਲੀ, ਤੁਸੀਂ ਰੇਸਾਂ ਦੇ ਚੱਲੋ, ਰੇਸ ਨਹੀਂ ਦਿੱਤੀ, ਰੇਸ ਨਹੀਂ ਦਿੱਤੀ ਜਾਣੀ, ਮਤਲਬ ਰੇਸ ਉੱਥੇ ਹੀ ਰੁਕ ਜਾਏਗੀ, ਚੱਲੇਗਾ ਨਹੀਂ, ਚੱਲੇਗਾ ਸਟਾਰਟ ਹੋ ਜਾਏਗਾ, ਚੱਲੇਗਾ ਹੋ ਜਾਏਗਾ, ਚੱਲੇਗਾ, ਮਤਲਬ ਉਧਰੋਂ ਲੋਕ ਨਹੀਂ ਦਿੱਤਾ ਤਾਂ ਇਹ ਵਾਲਾ ਲੋਕ ਦਿੱਤਾ ਤਾਂ ਕਿ ਗੱਡੀ ਤੇ ਤੁਰੇ ਹੀ ਨਾ, ਤੁਰੇ, ਕੀ ਬਾਤ ਹੈ, ਮਤਲਬ ਪਹਿਲਾਂ ਦੇ ਜ਼ਮਾਨੇ 'ਚ ਵੀ ਮਤਲਬ ਬੜੀ ਖਤਰਨਾਕ ਚੀਜ਼ਾਂ ਯਾਰ ਬਣੀਆਂ ਹੋਈਆਂ, ਦੇਖੋ ਇੰਗਲੈਂਡ ਦੇ ਵਿੱਚ ਜਿਹੜੇ ਲੋਕ, ਜਿੰਨਾ ਵੀ ਟੈਕਨੋਲੋਜੀ ਹੈ, ਤੁਸੀਂ ਆਹ ਮੀਟਰ ਦੇ ਉੱਤੇ ਜਾਓ, ਹਾਂ, ਮੀਟਰ ਨੂੰ ਤੁਸੀਂ ਓਪਨ ਕਰਕੇ ਤੁਸੀਂ ਆਮ ਮੀਟਰ ਰਿਪੇਅਰ ਵਾਲੇ ਕੋਲ ਲੈ ਜਾਓ, ਉਹ ਰਿਪੇਅਰ ਨਹੀਂ ਕਰ ਸਕਦਾ, ਉਹ ਦੇਖ ਕੇ ਨਾ ਇਹਨੂੰ ਹੱਥ ਜੋੜ ਦੇ, ਹੱਥ ਜੋੜ ਦੇਗਾ ਬਿਲਕੁਲ, ਕਿਉਂ ਕਿਉਂਕਿ ਇਹਦੇ ਅੰਦਰ ਜਿਹੜਾ ਮਸ਼ੀਨ ਦਾ ਜਿਹੜਾ ਇਹਦਾ ਪਾਰਟ ਹੈ, ਮਸ਼ੀਨ ਪਾਰਟ ਕਿੱਦਾਂ ਤੁਸੀਂ ਬਿਲਕੁਲ ਬਰੀਕ ਬਰੀਕ ਕਰਾ ਰਹੀ, ਜਿੱਦਾਂ ਕਿ ਵਾਚ ਦੇ ਵਿੱਚ ਘੜੀ ਦੇ ਵਿੱਚ ਹੁੰਦੀ ਹੈ, ਉੱਦਾਂ ਇੱਕ ਦੇ ਨਾਲ ਇੱਕ ਘੜੀ ਜੁੜ ਰਹੀ ਹੈ, ਇਹਦੇ ਗੋਲਡਨ ਸ਼ੈਲ ਲਿਖਿਆ ਹੋਇਆ ਨਾ ਜੀ, ਹਾਂਜੀ, ਇਹ ਉਸ ਟਾਈਮ ਦੇ ਵਿੱਚ ਆਉਂਦਾ ਹੁੰਦਾ ਸੀਗਾ, ਓਕੇ ਠੀਕ ਹੈ, ਓਰੀਜਨਲ ਹੈ, ਆਹ ਨੈੱਟ ਦੇਖੋ ਓਰੀਜਨਲ ਹੈ, ਇਹ ਸੀਟ ਦੇ ਪਿੱਛੇ ਤੁਸੀਂ ਉਹਦੇ ਦੇਖੋਗੇ ਕੱਟ ਆਊਟ ਹੈ, ਦੋਸਤੋ ਆਹ ਜਿਹੜੀ ਤੁਸੀਂ ਬ੍ਰਿਜਲ ਪਾਈਪ ਦੇਖ ਰਹੇ ਹੋ, ਇਹਨੂੰ ਹਵਾ ਜਿਹੜੀ ਇਹਦੀ ਸਾਹ ਲੈਣ ਦੀ ਜਾਂਦੀ ਟੈਕਨੋਲੋਜੀ ਸੀ, ਇਹ ਨਾਲ ਨਾਲ ਕੀ ਕਰਦੇ ਸੀ, ਜਿਹੜਾ ਐਕਸਟਰਾ ਮੁਗਲੈਲ ਹੁੰਦਾ ਸੀ ਉਹਨੂੰ ਚੈਨ ਦੇ ਉੱਤੇ ਗਿਰਦੀ ਸੀਗੀ, ਠੀਕ ਹੈ ਜੀ, ਚੈਨ ਦੇ ਉੱਤੇ ਗਿਰਨ ਦੇ ਨਾਲ ਕੀ ਹੁੰਦਾ ਸੀਗਾ, ਜਿਹੜਾ ਸੁੱਕੀ ਚੈਨ ਆ ਲੁਬਰੀਕੈਂਟ ਹੋ ਜਾਂਦੀ, ਉੱਥੇ ਜਿਵੇਂ ਪਹਿਲਾਂ ਦੀ ਮੋਟਰਸਾਈਕਲ ਤੇਲ ਲਾਉਂਦੇ ਸੀਗੇ, ਅੱਜ ਕੱਲ੍ਹ ਦੀ ਮੋਟਰਸਾਈਕਲ ਤੇ ਲਿਊਬ ਕਰਦੇ ਆ, ਹਾਂਜੀ, ਇਹ ਲੋੜ ਹੀ ਨਹੀਂ ਸੀ, ਇਹੀ ਮੋਬਾਈਲ ਨਾਲ ਹੋ ਜਾਂਦਾ, ਇਹ ਲਿਊਬ ਕਰਦੇ ਹੁੰਦੇ ਸੀ, ਹਾਂਜੀ, ਕਿਆ ਬਾਤ, ਇਹ ਫੁੱਟਰੈਸਟ ਦਾ ਇਹ ਵੀ ਓਰੀਜਨਲ ਹੈ, ਇਹ ਫੁੱਟਰੈਸਟ ਬਿਲਕੁਲ ਓਰੀਜਨਲ ਹੈ ਵੀਰੇ, ਇਦਾਂ ਦੇ ਫੁੱਟਰੈਸਟ ਤੁਹਾਨੂੰ ਨਹੀਂ ਮਿਲਣਗੇ ਇਸ ਬਾਈਕ ਦੇ ਵਿੱਚ ਲੱਗੇ, ਬਹੁਤ ਹੀ ਰੇਅਰ ਬਾਈਕ ਹੈ ਜਿਹਦੇ ਵਿੱਚ ਲੱਗੇ ਹੋਣਗੇ, ਤਾਂ ਸਟੈਂਡ ਬਾਰੇ ਭਾਅ ਜੀ ਦੱਸੋ, ਜਿੱਥੇ ਤੱਕ ਵੀਰੇ ਇਹ ਸਟੈਂਡ ਕੀ ਪਹਿਲਾਂ ਦੇ ਜ਼ਮਾਨੇ ਵਿੱਚ ਕੱਚੇ ਰਾਹ ਹੁੰਦੇ ਸੀਗੇ, ਹਾਂਜੀ, ਉਦੋਂ ਆਪਾਂ ਇਹਨੂੰ ਖੋਲ ਕੇ ਇਦਾਂ ਮਿੱਟੀ 'ਚ ਕੱਢਦੇ ਸੀ, ਓਕੇ, ਤਾਂ ਕਿ ਇਹ ਮਿੱਟੀ ਦੇ ਵਿੱਚ ਫਿੱਟ ਹੋ ਜੇ, ਹਿਲੇਗਾ, ਹਾਂਜੀ, ਹੈ ਨਾ, ਕਿਆ ਬਾਤ ਹੈ ਯਾਰ ਭਾਅ ਜੀ, ਕਿਆ ਬਾਤ ਹੈ, ਇਹ ਜੀ ਗੱਡੀਆਂ ਵੈਸੇ ਦੋਸਤੋ ਦੇਖੋ ਮਿਲਦੀਆਂ ਨਹੀਂ ਗਿਆ, ਦੇਖੋ ਮੇਰੀ ਨੌਲੇਜ 'ਚ ਸਿਰਫ 4 ਤੋਂ 5 ਗੱਡੀਆਂ ਨੇ, ਮੇਬੀ ਮੇਰੇ ਵਰਗਾ ਕੋਈ ਸ਼ਕੀਨ ਐਸਾ ਹੋਊਗਾ ਜਿਹਦੇ ਘਰ 'ਚ ਖੜੀ ਹੋਊਗੀ ਦਾਦੇ ਪੜਦਾਦੇ ਨੇ ਟਾਈਮ ਦੀ, ਪਰ ਉਹਨੇ ਅੱਜ ਤੱਕ ਵੀਡੀਓ ਨਹੀਂ ਬਣਾਈ, ਤਾਂ ਕਰਕੇ ਸਾਨੂੰ ਹਾਲੇ ਤੱਕ ਕੁਛ ਨਹੀਂ ਪਤਾ ਹੋਰ ਕਿੰਨੀਆਂ ਗੱਡੀਆਂ ਹੋ ਸਕਦੀਆਂ, ਪੰਜਾਬ ਦੇ ਵਿੱਚ ਫਿਲਹਾਲ ਦੀ ਗੱਡੀ ਇਹ ਇੱਕੋ ਬਾਈਕ ਹੈ, ਇਸ ਤੋਂ ਬਾਅਦ 54 ਮਾਡਲ ਜਾਂ 55 ਮਾਡਲ ਇੱਕ ਬੰਦੇ ਆ ਮੇਰੇ ਨੌਨ 'ਚ ਨੇ, ਉਹਨਾਂ ਨੇ ਰੇਡੀ ਕਰਨੀ ਆ, ਮੇਰੇ ਤੋਂ ਕਾਫੀ ਚੀਜ਼ਾਂ ਵੀ ਇਹਦੇ ਬਾਰੇ ਨੌਲੇਜ ਲੈ ਰਹੇ ਨੇ, ਆਪਾਂ ਉਹਨਾਂ ਦੀ ਵੀ ਬਾਈਕ ਰੇਡੀ ਕਰਾ ਰਹੇ ਹਾਂ, ਗੇਅਰ ਬਾਕਸ ਕੀ ਹੈ ਲੋਗੋ ਕੇ ਚੇਂਜ ਹੋਏ ਹੈ, ਤੋ ਉਸ ਕੋ ਓਰੀਜਨਲ ਨਹੀਂ ਨਾ ਬੋਲेंगे ਭਾਈ, ਯਾਰ ਲੱਗ ਸਹੀ ਹੈ ਕੋਈ ਸਿਸਟਮ ਹੈ ਭਾਜੀ, ਕੀ ਮਤਲਬ ਸਾਰਾ ਸਿਸਟਮ ਹੀ ਐਸਾ ਲੱਗ ਰਿਹਾ ਕਿ ਇਹ ਅੰਦਰ ਕੀ ਜਗ੍ਹਾ ਬਾਹਰ ਲਗਾਇਆ ਹੋਇਆ, ਬਾਹਰ ਲਗਾਇਆ, ਪਹਿਲੇ ਆਤੇ ਹੀ ਬਾਹਰ ਦਾ, ਜੇ ਪਹਿਲੇ ਆਤੇ ਹੀ ਬਾਹਰ ਦੇ, ਇਸੇ ਪਹਿਲੇ ਆਇਆ ਜੀ ਮਾਡਲ, ਜੀ 2 ਆਇਆ, ਫਿਰ ਇਹ ਜੀ ਮਾਡਲ ਆਇਆ, ਉਸਕੇ ਬਾਅਦ ਜੀ 2 ਆਇਆ, ਉਸਕੇ ਬਾਅਦ B1 ਐਸੇ B2, ਹੋਰ ਗੱਲ ਸੀਗੀ ਕਿ ਇਹ ਰਜਿਸਟਰਡ ਸੀਗਾ, ਜਿਵੇਂ ਹਾਰਨੈਸ ਦੀ ਕਈ ਬਾਈਕ ਨੇ ਉਹ ਰਜਿਸਟਰਡ ਹੋ ਜਾਂਦੇ, ਕੁਝ ਉੱਥੇ ਆ ਜਾਂਦੇ, ਵੈਸੇ ਇਹ ਸੀਗੀ ਰਜਿਸਟਰਡ ਕੋਈ ਹੋਰ ਨਹੀਂ ਬਣਾ ਸਕਦਾ, ਨਹੀਂ ਬਣਾ ਸਕਦਾ, ਤੁਸੀਂ BSA ਡਰਾਮ ਕੋਈ ਵੀ ਦੇਖ ਲਓ, ਸਭ 'ਚ ਗੇਅਰ ਪਾਉਂਗੇ ਕੱਢੋਗੇ, ਇਹ ਇੱਕ ਵਾਰ ਦੱਬੋਗੇ ਸਾਰੇ ਗੇਅਰ ਨਿਊਟਰਲ, ਠੀਕ ਹੈ, ਇਹ ਨਿਊਟਰਲ ਕੋਈ ਹੋਰ ਗੱਡੀ ਹੋ ਹੀ ਨਹੀਂ ਸਕਦੀ ਭਾਅ ਜੀ, ਆਹ ਕੀ ਚੀਜ਼ ਹੈ ਵੀਰੇ, ਪਹਿਲਾਂ ਦੇ ਜ਼ਮਾਨੇ ਦੇ ਵਿੱਚ ਜਿਹੜੀ RC ਹੁੰਦੀ ਸੀ, ਹਾਂਜੀ, ਠੀਕ ਹੈ, ਆਰਮੀ ਦਾ RC ਹੁੰਦੀ ਸੀ, ਬਾਅਦ 'ਚ ਜਦੋਂ ਸਿਵਲ 'ਚ ਆਉਂਦੇ ਤਾਂ RC ਬਣਦੀ ਸੀ, ਹਾਂਜੀ, ਅਤੇ ਸਿਵਲ 'ਚ ਵੀ ਕੀ ਹੁੰਦਾ ਸੀਗਾ, ਟੋਕਨ ਟੈਕਸ ਟੋਕਨ ਹੁੰਦੇ ਸੀਗੇ, ਠੀਕ ਹੈ, ਇਹਨਾਂ ਨੂੰ ਕਿਤੇ ਵੀ ਨਾਕਾ ਲੱਗਿਆ ਹੁੰਦੀ, ਪਹਿਲਾਂ ਸਿੰਪਲ ਲੱਕੜ ਦੇ ਫਾਟਕ ਵਗੈਰਾ ਲਾ ਕੇ ਖੜੇ ਹੁੰਦੇ ਸੀਗੇ, ਜਿਵੇਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਟਰੈਵਲ ਕਰਦੇ, ਉਸ ਟਾਈਮ ਟੋਕਨ ਦੇਖ ਕੇ ਤੁਹਾਡਾ ਟੈਕਸ ਭਰਿਆ ਹੋਇਆ ਕਿ ਨਹੀਂ ਭਰਿਆ ਹੋਇਆ, ਤਾਂ ਤੁਹਾਨੂੰ ਅੱਗੇ ਜਾਣ, ਪਰ ਇਹ ਵਧੀਆ ਕੁਆਲਿਟੀ ਹੈ, ਦੇਖੋ ਇਹ ਨਾ ਐਂ ਲੱਗਦਾ ਵੀ ਜੇ ਆਪਾਂ ਪਿਛਲੀ ਸੀਟ ਲਾ ਦਈਏ, ਜਿਵੇਂ ਸ਼ੇਰ ਨਹੀਂ ਹੁੰਦਾ ਟਾਈਗਰ, ਉਦਾਂ ਖੜਾ ਲੱਗਦਾ, ਤਾਂ ਹੀ ਟਾਈਗਰ ਹੈਡ ਕਹਿੰਦੇ ਆ, ਤਾਂ ਹੀ ਇਹਨੂੰ ਟਾਈਗਰ ਹੈਡ ਕਹਿੰਦੇ ਆ, ਬਿਲਕੁਲ, ਹਾਂਜੀ ਹਾਂਜੀ ਹਾਂਜੀ, ਠੀਕ ਹੈ, ਤੇ ਜਿਹੜੀ ਇਹਦੀਆਂ ਆਹ ਰੋਡਸ ਨੇ, ਹਾਂਜੀ, ਚੌਕਰ ਦੀਆਂ, ਹਾਂਜੀ, ਇਹ ਅਲਮੀਨੀਅਮ ਦੀ ਅੱਜ ਕੱਲ੍ਹ ਦੇਖਦੇ ਹੋਣਗੇ, ਇਹ ਲੋਹੇ ਦੀਆਂ ਨੇ, ਇਹ ਲੋਹੇ ਦੀਆਂ ਨੇ, ਹਾਂਜੀ,
ਹੱਬ ਜਿਹੜਾ ਆਉਂਦਾ ਸੀ ਇੰਨਾ ਕਰਦਾ ਸੀਗਾ, ਆਹ ਦੇਖੋ ਕਿੰਨਾ ਪਤਲਾ, ਇਹਦੇ ਵਿੱਚ ਹੀ ਬ੍ਰੇਕ ਸ਼ੂ ਪੈਂਦੇ ਨੇ। ਹਾਂਜੀ ਬ੍ਰੇਕ ਸ਼ੂ ਵੀ ਇਹਦੇ ਵਿੱਚ ਹੀ ਪੈਂਦੇ ਨੇ। ਹਾਂਜੀ ਸ਼ੇਕ ਨਾਲ ਰਿਮ ਬਾਰੇ ਭਾਈ ਮੇਡ ਇਨ ਇੰਗਲੈਂਡ ਦੇ ਨੇ ਇਹ ਵੀ। ਹਾਂਜੀ ਵੀਰੇ ਡਲਪ ਮੇਡ ਇੰਗਲੈਂਡ, ਇਹ ਵੀ ਓਰੀਜਨਲ ਨੇ। ਹਾਂਜੀ ਬਿਲਕੁਲ ਓਰੀਜਨਲ ਨੇ, ਤੇ ਆਹ ਦੇਖੋ ਆ ਜਗ੍ਹਾ ਤੇ ਤੁਸੀਂ ਦੇਖੋਗੇ ਥੋੜਾ ਥੋੜਾ ਘਸਿਆ ਹੋਇਆ। ਹਾਂਜੀ ਹਾਂਜੀ ਹਾਂਜੀ, ਇਹ ਕੀ ਜਦੋਂ ਆਪਾਂ ਬਾਰ ਬਾਰ ਕਰੋਮ ਕਰਾਉਂਦੇ ਹਾਂ, ਹਾਂਜੀ ਇਹਦੇ ਲੋਹੇ ਦੀ ਜਿਹੜੀ ਪਰਤ ਹੁੰਦੀ ਆ ਉਹ ਪਤਲੀ ਹੁੰਦੀ ਜਾਂਦੀ ਆ, ਇਸ ਕਰਕੇ ਮੈਂ ਘਸਾਈ ਕਰਕੇ ਹੀ ਦੁਬਾਰੇ ਕਰੋਮ ਹੁੰਦਾ, ਇਸੇ ਕਰਕੇ ਮੈਂ ਇਸ ਵਾਰੇ ਇਹਨੂੰ ਦੁਬਾਰੇ ਨਹੀਂ ਕਰੋਮ ਕਰਾਇਆ। ਤੇ ਦੋਸਤੋ ਮੇਰੇ ਭਰਾਵੋ ਮਿੱਤਰੋ, ਇਹ ਵੀਡੀਓ ਇਧਰ ਹੀ ਐਂਡ ਕਰਦੇ ਹਾਂ। ਔਰ ਭਾਜੀ ਕੇ ਪਾਸ ਨਾ ਔਰ ਵੀ ਕਾਫੀ ਬਾਈਕਸ ਹੈ ਵਿੰਟੇਜ। ਹਾਂਜੀ ਤੁਹਾਨੂੰ ਜਿਹੜੇ ਬਾਕੀ ਵਿੰਟੇਜ ਬਾਈਕ ਆ ਉਹਨਾਂ ਦੀ ਨੈਕਸਟ ਵੀਡੀਓ ਵਿੱਚ ਕਲੈਕਸ਼ਨ ਦਿਖਾਵਾਂਗੇ। ਨੈਕਸਟ ਵੀਡੀਓ ਮੈਂ ਕਲੈਕਸ਼ਨ ਦਿਖਾਏਗੇ, ਇਸ ਤੋਂ ਹੋਰ ਕੇ ਪਿਆਰ ਦਿਓ ਯਾਰ। ਔਰ ਮੇਰੇ ਕੋਲ ਸਬਸਕ੍ਰਾਈਬਰਾਂ ਨੇ ਕਹਾ ਕਿ ਬਾਈ ਵਿੰਟੇਜ ਲਾਓ, ਕਿਉਂਕਿ ਨਈ ਵੀਡੀਓਸ ਤੋਂ ਪਿਆਰ ਨਹੀਂ ਮਿਲਦਾ, ਵਿੰਟੇਜ ਲਾਇਆ ਦੁਬਾਰਾ ਸੇ ਤੋ ਪਿਆਰ ਦਿਓ ਯਾਰ। ਹੁਣ ਵਿੰਟੇਜ ਦੇ ਨਾਲ ਵਿੰਟੇਜ ਹੀ ਆਊਗੀ ਕਲੈਕਸ਼ਨ, ਵਿੰਟੇਜ ਹੀ ਆਊਗੀ ਕਲੈਕਸ਼ਨ। ਹੁਣ ਦਰਾ ਦਰ ਵਿੰਟੇਜ ਦੀ ਤੜੀ ਲਾ ਦਾਂਗੇ, ਤੜੀ ਹੁੰਦਾ ਭਾਜੀ? ਬਿਲਕੁਲ ਬਿਲਕੁਲ, ਤੜੀ ਤੜੀ ਲੜੀ ਜੋ ਵੀ ਹੈ ਚੜੀ ਲਾ ਦਾਂਗੇ, ਜਿੱਦਾਂ ਨਹੀਂ ਚੱਲਦਾ ਨਾ ਚੜੀ ਲੱਗ ਗਈ ਫਿਰ ਰੁਕਦੀ ਨਹੀਂ ਹੈ, ਉੱਦਾਂ ਉੱਦਾਂ ਲਾ ਦਾਂਗੇ। ਠੀਕ ਹੈ, ਚੈਨਲ ਸਬਸਕ੍ਰਾਈਬ ਕਰ ਦਿਓ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਰੱਬ ਰੱਖਾ, ਮਿਲਦੇ ਹਾਂ ਨੈਕਸਟ ਵੀਕ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।